ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਵਲੋਗ ਸ਼ੁਰੂ ਹੋ ਚੁੱਕਾ ਸੀ ਅਤੇ ਮੈਂ ਸੋਚਿਆ ਕਿ ਅੱਜ ਆਪਣੀ ਥੋੜ੍ਹੀ ਜਿਹੀ ਮੂੰਹ ਦੀ ਹਾਲਤ ਸੁਧਾਰ ਲਈਏ, ਮਤਲਬ ਦਾੜੀ ਵਗੈਰਾ ਸੈੱਟ ਕਰ ਲਈਏ। ਉੱਦਾਂ ਤਾਂ ਵਾਲ ਵੀ ਕੱਟਣ ਨੂੰ ਲਾ ਭਾਅ ਜੀ ਹੋਣੀ ਕਹਿ ਰਹੇ ਸੀ ਵਾਲ ਕਟਵਾ ਦਿੰਦੇ ਹਾਂ, ਪਰ ਮੈਂ ਕਿਹਾ ਨਹੀਂ ਵਾਲ ਤਾਂ ਮੈਂ ਵੱਡੇ ਵੱਡੇ ਹੀ ਰੱਖਾਂਗਾ, ਸੋ ਵਾਲ ਨੂੰ ਛੱਡ ਦਿੰਦੇ ਆਪਾਂ ਫਿਲਹਾਲ, ਦਾੜੀ ਕਰ ਲਈਏ। ਆਪਾਂ ਟ੍ਰਿਮਰ ਹੈਗਾ ਹੈ ਅਤੇ ਹਰੇਕ ਤਰ੍ਹਾਂ ਦੀ ਵਰਾਇਟੀ ਹੈਗੀ ਹੈ, ਜੋ ਚਾਹੇ ਉਸ ਹਿਸਾਬ ਨਾਲ ਕਰ ਸਕਦੇ ਆਪਾਂ। ਅਤੇ ਮੈਂ ਕਿਹਾ ਚਲੋ ਦਾੜੀ ਟ੍ਰਿਮ ਕਰਦੇ ਹਾਂ ਅੱਜ ਆਪਾਂ। ਗਾਇਸ ਆਪਣੀ ਸਾਰੀ ਹੋ ਗਈ ਆ ਦਾੜੀ ਦੇ ਬਾਅਦ ਲਗਭਗ ਜਿੰਨੇ ਜਿੰਨੇ ਕਰਨੇ ਚਾਹੀਦੇ ਆ। ਤੁਸੀਂ ਦੇਖਦੇ ਹੋ ਖਲਾਰਾ ਪਾਇਆ, ਵੈਸੇ ਸਾਰਾ ਖਲਾਰਾ ਇੱਥੇ ਹੋ ਗਿਆ ਕਿਉਂਕਿ ਮੈਂ ਵਾਰ ਵਾਰ ਪਾਣੀ ਚਲਾ ਰਿਹਾ, ਅਤੇ ਆਪਣਾ ਹੋਲੀ ਸੈੱਟ ਹੋ ਗਿਆ ਅੱਗੇ ਨਾਲ ਕਾਫੀ। ਚਲੋ ਆਪਾਂ ਹੁਣ ਸ਼ਰਟ ਬਣਾ ਲੱਗੇ ਸੀ ਕਿ ਰੋਟੀ ਬਣਾਈ ਹੈ ਸਾਰਿਆਂ ਲਈ ਆਪਣੇ ਲਈ ਹੀ, ਅਤੇ ਉਹਦੀ ਹੁਣ ਆਟਾ ਗੰਨਾ ਦੀ ਡਿਊਟੀ ਮਿਲੀ ਹੈ। ਬਣਦੀ ਹੈ ਤੇਲ ਆਹੋ ਆ ਰਹੇ ਪਿਆਜ਼ ਪਾਤੇ ਆ ਆਪਾਂ,
ਹੋ ਮੁੱਦਾ ਗਾਈਸ, ਆਪਾਂ ਸਮੁੰਦਰ ਵੱਲ ਫੇਰ ਜਾ ਰਹੇ ਹਾਂ। ਹੁਣ ਵਿਹਲੇ ਵੁਹਲੇ ਹੋ ਗਏ ਕੰਮ ਤੋਂ, ਆਇਆ ਸੀ ਕੰਮ 'ਤੇ, ਘੰਟਾ ਕੁ ਲਾਇਆ ਵਾ ਵਿਹਲੇ। ਸਮੁੰਦਰ ਬਾਹਲਾ ਹੀ ਸੋਹਣਾ ਲੱਗਣ ਡਿਆ, ਦੇਖੋ ਕਿੰਨਾ ਤੇਜ਼ ਵਹਿ ਰਿਹਾ ਆ, ਲਹਿਰਾਂ ਇਹਦੀਆਂ। ਆਪਾਂ ਜੀ ਵਰਕ ਪਲੇਸ ਤੋਂ ਬਾਅਦ ਆ ਗਏ ਹਾਂ। ਉਹ ਹੋ ਲੰਬਾ ਵੀ ਆ ਚੁੱਕਾ ਹੈ। ਹਾਂ ਬਈ, ਪਹੁੰਚ ਸਮੁੰਦਰ ਆ ਜਾ ਰਹੇ ਹਾਂ। ਠੀਕ ਹੈ, ਆਪਾਂ ਜੋਤ ਦੇ ਉਹ ਤਾਂ ਉਹ ਸ਼ਾਇਦ ਉਹ ਬੈਠੇ ਆ ਕਿ ਕੋਈ ਹੋਰ ਆ, ਜੋਤ ਹੀ ਲੱਗ ਰਿਹਾ ਥੱਲੇ ਦੁਨੀਆ ਉਹਨਾਂ ਦੀ। ਦੋਨੇ ਜਾਣੇ ਬੈਠੇ ਆ ਕੋਠੀ ਨੂੰ, ਲਹਿਰਾ ਚੈੱਕ ਕਰਨ ਵਾਸਤੇ ਲਹਿਰਾ। ਇੱਕ ਸ਼ੌਕ ਕਬੂਤਰ ਬਾਜ਼ੀ ਦਾ, ਸ਼ੌਕ ਕਬੂਤਰ ਬਾਜ਼ੀ ਦਾ ਨਾਈਏ ਨਾਈ ਜਾ। ਗਾਇਸ ਬਾਹਰ ਤੋੜ ਦੀ ਹੋਈ ਹੈ, ਮੋਟਾ ਹੀ ਦੇਖ ਸਕਦੇ ਹੋ ਤੁਸੀਂ, ਲਹਿਰਾਂ ਬਹੁਤ ਤੇਜ਼ ਆ ਦੇਖ ਕਰਕੇ। ਜਾ ਅੱਗੇ ਜਾ ਜਾ ਤੂੰ ਸਹੀ ਨਹੀਂ, ਸਾਨੂੰ ਪਤਾ ਹੀ ਆ ਤੂੰ ਸਹੀ ਨਹੀਂ ਆ, ਗੰਦਾ ਬੰਦਾ ਤੂੰ, ਗਲਤ ਆ ਬੰਦਾ ਤੂੰ, ਬਹੁਤ ਨਜ਼ਾਰਾ ਵਾਲਾ। ਆ ਗਿਆ, ਮੈਂ ਵੀ ਆ ਗਿਆ। ਨਹੀਂ 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 ਲੈਂਦਾ ਉਹ, ਨਹੀਂ ਧੱਕਾ ਨਹੀਂ ਮਾਰਦਾ। ਚੱਲ ਚੱਲ ਆ ਜਾ ਆ ਜਾ, ਉਹ ਆ ਜਾ ਭਰਾਵਾ ਆ ਜਾ। ਉਹਦੇ ਲਹਿਰ ਆ ਗਈ, ਦੇਖੀ ਦੇਖੀ ਬਾਬੇ ਫੋਨ ਤੇ ਵੱਜਦਾ ਪਾਣੀ ਆ ਕੇ ਉਹ ਤੁਹਾਡੀ ਨੂੰ। ਚਪਲਾਂ ਰੁੜ ਗਈਆਂ, ਬੁੱਗੇ ਦੀਆਂ ਚਪਲਾਂ ਰੁੜ ਗਈਆਂ। ਜਿਵੇਂ ਕਿ ਤੁਸੀਂ ਦੇਖਿਆ ਸਿਰਾ ਬਹੁਤ ਲਾਈ, ਬਹੁਤ ਸਿਰਾ ਲਾਈ।
ਗਾਇਸ ਅਸੀਂ ਬਹੁਤ ਸਿਰਾ ਲਾਈ ਯਾਰ, ਮਜ਼ੇ ਆਏ ਬਹੁਤ ਸਾਰੇ ਭਾਈ ਜਣੀ ਉੱਥੇ ਖੜੇ ਜੀ ਗਾਇਸ, ਫੋਨ 'ਤੇ ਪਾਣੀ ਪੈ ਗਿਆ ਥੋੜ੍ਹਾ, ਚਲੋ ਫੋਨ ਬੰਦ ਕਰਦੇ ਹਾਂ। ਸਾਰੇ ਆਪਾਂ ਘੁੰਮਣ ਚੱਲੇ ਸੀਗੇ ਇੱਕ ਜਗ੍ਹਾ 'ਤੇ, ਫਿਰ ਤਾਂ ਸਾਰੇ ਤਿਆਰ ਹੋ ਗਏ ਸੀ ਇੱਧਰ, ਕਾਸ਼ ਵੀ ਤਿਆਰ ਹੋ ਗਿਆ, ਉਹ ਵੀ ਜੋਤ ਵੀ ਤਿਆਰ ਆ, ਆਪਾਂ ਵੀ ਲਗਭਗ ਤਿਆਰ ਹੀ ਹਾਂ, ਕਈ ਜਣੇ ਵੀ ਤਿਆਰ ਹੋ ਚੁੱਕੀ ਹਾਂ, ਦੋਨੇ ਜਣੇ ਸ਼ੂ ਵੀ ਪਾ ਲਏ ਆ, ਅਤੇ ਮੈਂ ਹੁਣ ਰੈਡੀ ਹਾਂ ਜਾਣ ਨੂੰ ਘੁੰਮਣ, ਸਾਨੂੰ ਜਾ ਕੇ ਦੇਖਦੇ ਹਾਂ ਕਿੱਥੇ ਜਾਂਦੇ ਹਾਂ, ਅਤੇ ਜੇ ਤਾਂ ਆਪਾਂ ਟਾਈਮ ਨੂੰ ਚੱਲ ਗਏ ਫਿਰ ਫੋਟੋ ਵੀਡੀਓ ਰੀਲ ਵਗੈਰਾ ਬਣਾਵਾਂਗੇ, ਨਹੀਂ ਤਾਂ ਦੇਖੋ ਮੌਸਮ 'ਤੇ ਅਤੇ ਮੌਸਮ ਹੁਣ ਆਪਾਂ ਜਾ ਰਹੇ ਹਾਂ, ਅਤੇ ਜਿਹੜੀ ਗੱਲਾਂ ਜਿਹੜੀ ਦੌੜ ਆਪਾਂ ਜਾ ਰਹੇ ਹਾਂ ਬੀਚ ਲਾਲ ਹੋਣੀ ਵੀ ਤਿਆਰ ਆ, ਹੁਣ ਸੁਣ ਭਾਈ ਜਾ ਰਹੇ ਮਾਹੌਲ ਦੇਖਣ, ਅੱਜ ਦਾ ਮਾਹੌਲ ਦੇਖਣ ਜਾ ਰਹੇ ਹਾਂ, ਜਿਹਦਾ ਨਾਮ ਮੈਨੂੰ ਪਤਾ ਨੀ ਹੈਗਾ, ਭਾਈ ਹੁਣੀ ਨਾਲ ਹੀ ਆਪਾਂ ਜਾ ਕੇ ਪਹੁੰਚ ਗਏ, ਹਨੇਰੇ ਫੋਟੋ ਫੋਟੋ ਖਿੱਚਦੇ, ਬਸ ਹਨੇਰਾ ਹੋ ਗਿਆ, ਫੋਟੋਆਂ ਸ਼ਾਇਦ ਵੀ ਲਿਆ ਹੁਣ, ਫਿਰ ਆਪਾਂ ਘੁੰਮ ਫਿਰ ਕੇ ਆ ਜਾਂਗੇ ਵਾਪਸ ਆ ਪੀ ਕੇ, ਚਲੋ ਘੁੰਮਣ ਫਿਰਨ ਆਇਆ ਸੀ, ਜਿੱਦਾਂ ਕਿ ਇੱਥੇ ਆਲੇ ਦੁਆਲੇ ਕਾਫੀ ਸਾਰੀਆਂ ਬੋਟਾਂ ਨੇ ਅਤੇ ਬਹੁਤ ਸਾਰੇ ਕਿਹਦੇ ਹੋਰ ਪੀਪਲਸ ਨੇ, ਹੈ ਨਾ ਤੁਹਾਡੇ ਭਾਈ ਪੀਪਲ, ਭੁੱਲ ਗਿਆ ਭੁੱਲ ਗਿਆ, ਇਹ ਕਰ ਦੇਣਾ ਮੈਂ ਬਾਹਰ ਆ ਕੇ ਤਾਂ ਜਿੱਤ ਜਾਓਗੇ, ਬਹੁਤ ਸਾਰੇ ਪੀਪਲ ਨੇ ਇੱਥੇ ਜਿਹੜੇ ਆਪਾਂ ਦੇਖਦੇ ਨੇ ਅਤੇ ਆਪਾਂ ਉਹਨਾਂ ਦੇਖਦੇ ਨੇ, ਆਪਾਂ ਉਹਨਾਂ ਦੇਖਦੇ ਨੇ, ਚਲੋ ਸਹੀ ਬਾਕੀ ਨਹੀਂ ਆ ਰਹੇ ਆ, ਚੱਲੀ ਜਾਂਦੇ ਆ, ਰੌਣਕਾਂ ਲੱਗੀਆਂ ਹੋਈਆਂ ਹਰ ਬਸ ਨਾਲ ਆਏ ਅੱਜ, ਹਾਂ ਸੁਣ ਭਾਈ ਸਾਨੂੰ ਲੈ ਕੇ ਆਏ ਆ, ਬਹੁਤ ਵਧੀਆ ਥਾਂ 'ਤੇ, ਅਤੇ ਬਸ ਦਿਨ ਲੱਗਾ ਹੋਇਆ ਸਾਡਾ, ਹਾਂਜੀ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਰੌਣਕਾਂ ਲੱਗੀਆਂ ਹੋਈਆਂ ਨੇ, ਸਾਰੇ ਆਪਦੇ ਚਿਹਰੇ ਖਿੜੇ ਪਏ ਨੇ, ਚਿਹਰੇ ਹੀ ਖਿੜਨੇ ਇੱਥੇ ਆ ਕੇ ਕਿਤੇ ਮਾਹੌਲ ਖਿੜਿਆ, ਰੱਤੀਆਂ ਲੱਗੀਆਂ ਹੋਈਆਂ, ਹਰ ਕੋਈ ਖਿੜਿਆ ਪਿਆ, ਆਹ ਭਾਊ ਆਪਣੇ ਮੇਨ ਕਲਾਕਾਰ ਨੇ, ਮਾਝੇ ਆਪਾਂ ਦੁਆਬੇ ਵਾਲੇ ਹੈ ਨਾ, ਠੀਕ ਆਲੇ ਦੁਆਲੇ ਰੌਣਕਾਂ ਲੱਗੀਆਂ ਨੇ, ਫਲੈਸ਼ ਬੰਦ ਕਰਕੇ ਆਪਾਂ ਆਲੇ ਦੁਆਲੇ ਦਿਖਾ ਦਈਏ, ਨਾਰਾਇਣ ਦੇ ਮਾਹੌਲ ਦਿਖਾਉਣੇ ਆਲੇ ਦੁਆਲੇ ਦਾ, ਹੁਣ ਗਾਇਸ ਆਪਾਂ ਵਾਪਸ ਜਾ ਰਹੇ ਹਾਂ ਘਰ ਵੱਲ ਨੂੰ, ਮੋਹਰੇ ਹੋ ਜਾ ਰਹੇ ਪਿੱਛੇ ਬਾਕੀ ਜਾਣੇ ਆ ਰਹੇ, ਆਪਾਂ ਵੀ ਜਾ ਰਹੇ ਹਾਂ, ਨਾਲ ਹੀ ਆਪਾਂ ਇੱਦਾਂ ਵਲੌਗ ਐਂਡ ਕਰਦੇ ਹਾਂ, ਮਿਲਦੇ ਹਾਂ ਆਪਣੀ ਨਵੀਂ ਵੀਡੀਓ 'ਚ, ਚੰਗਾ ਬਾਏ।